ਮੈਨੂੰ ਇਹ ਜ਼ਰੂਰ ਦੱਸੋ ਵੀ ਤੁਹਾਡਾ ਕੁੱਤਿਆਂ ਦਾ ਵਪਾਰ ਹੈ ਜਾਂ ਫਿਰ ਇਹ ਪੱਕਾ ਵੀ ਤੁਸੀਂ ਇਹ ਲੈ ਕੇ ਚੱਲਿਓ ਵੀ ਬਰੀਡਿੰਗ ਤੇ ਕੰਮ ਕਰਨਾ ਨਹੀਂ ਬਰੀਡਿੰਗ ਤੇ ਜ਼ਿਆਦਾ ਹੈ ਜੀ ਵਪਾਰ ਤਾਂ ਆਪਾਂ ਕੋਈ ਐਡਾ ਵੇਚ ਲੈਣ ਵਾਲਾ ਕਰਦੇ ਨਹੀਂ ਵਿੱਚ ਬਣਾ ਲੈਂਦਾ ਅਗਲਾ ਕੈਨਲ ਕਤੂਰਿਆਂ ਹੋਰ ਦੇ ਚੱਕ ਕੇ ਵੇਚੀਆਂ ਦਾ ਕੁੱਤੇ ਆਪਦੇ ਦਿਖਾ ਦਿੰਦਾ ਹਾਂ ਆਪਾਂ ਤਾਂ ਆਪਦੀ ਕਰ ਰਹੇ ਆ ਆਪਦੀਆਂ ਫੀਮੇਲਾਂ ਨੇ ਆਪਦੀ ਸਟੱਡ ਆਈ ਉਹ ਤੋਂ ਤਿਆਰ ਕਰ ਰਹੇ ਆ ਬੱਚੇ ਜੀ ਜੇ ਜਿਵੇਂ ਆਪਣਾ ਫੀਮੇਲ ਪ੍ਰੈਗਨੈਂਟ ਹੁੰਦੀ ਆ ਚਲੋ ਸੁੰਦੀ ਆ ਬੱਚੇ ਵੱਡੇ ਛੋਟੇ ਹੁੰਦੇ ਨੇ ਯਾਰ ਇਹਦੇ ਤਾਂ ਹਾਂਜੀ ਬੱਚੇ ਤਾਂ ਵਾ ਛੋਟੇ ਹੁੰਦੇ ਇਹਨਾਂ ਦੇ ਵਾ ਬੱਚੇ ਦੋ ਲਾਉਂਦੀ ਆ ਵਾਲੇ ਤੋਂ ਵਾਲਾ ਹੱਦ ਦਾ ਅੱਛਾ ਹਾਂਜੀ ਟੁਆਈ ਫੀਮੇਲ ਦੋ ਇੱਕ ਦੋ ਇੱਕ ਹੀ ਬਸ ਪਾਲਣੇ ਜਿਆਦਾ ਔਖੇ ਨਹੀਂ ਲੱਗਦੇਗੇ ਨਹੀਂ ਪਾਲਣੇ ਤਾਂ ਚਲੋ ਫਿਰ ਹੁਣ ਸਾਰਾ ਦਿਨ ਰਹਿਣਾ ਵਿੱਚ ਹੀ ਪਾਲਣੇ ਦੇਖਭਾਲ ਤਾਂ ਕਰਨੀ ਪੈਂਦੀ ਜੀ ਹਾਂ ਜਿਵੇਂ ਸੂਨਦੀ ਆ ਹਾਂ ਉਦੋਂ ਘੌਰ ਰੱਖਣੇ ਜਿਵੇਂ ਸੂਨ ਤੇ ਹੁਣ ਦਿਨ ਯਾਦ ਰੱਖਦਾ ਵੀ 61ਵਾਂ ਦਿਨ ਸੂਣਾ ਜੀ ਉਹਨੇ ਧਿਆਨ ਰੱਖਣਾ ਵੀ ਅੱਜ 61 ਦਿਨ ਹੋ ਗਏ ਰਾਤ ਨੂੰ ਜੇ ਰਾਤ ਦਾ ਟਾਈਮ ਆ ਗਿਆ ਤਾਂ ਜਰਾਤ ਨੂੰ ਸਾਰੀ ਰਾਤ ਜਾਗਦੇ ਹੀ ਨਾ ਕੇ ਜਾਂਦੀ ਆ ਵੀ 61 ਦਿਨ ਬਿਕੋਸ ਉਹ ਕਈ ਗੱਲ ਦਿੱਕਤ ਪੈ ਜਾਂਦੀ ਆ ਆਪਰੇਟ ਵੀ ਕਰਾਉਣਾ ਪੈ ਜਾਂਦਾ ਜੇ ਫੀਮੇਲ ਨਾ ਸੂਵੇ ਅੱਛਾ ਇਸ ਤਰ੍ਹਾਂ ਹੀ ਮੁਸ਼ਕਲਾਂ ਆ ਜਾਂਦੀਆਂ ਹਾਂਜੀ ਹਾਂ ਬਾਦੂ ਆਪਰੇਟ ਕਰਾਉਣ ਦੇ ਕਈ ਗੱਲ ਜਿਆਦਾ ਟਾਈਮ ਲੰਘ ਜੇ ਆਪਰੇਟ ਨਾ ਕੀਤਾ ਸੂਈ ਨਾ ਫੀਮੇਲ ਤਾਂ ਫਿਰ ਬੱਚੇ ਖਤਮ ਹੋ ਜਾਂਦੇ ਜੀ ਸਿਆਣਾ ਕਿੰਨਾ ਕਹੇ ਜਾਨਵਰ ਸਿਆਣਾ ਬਹੁਤ ਹੈ ਜਾਨਵਰ ਸਿਆਣੇ ਦੀ ਕੋਈ ਦਿੱਕਤ ਨਹੀਂ ਸਿਆਣਾ ਤਾਂ ਜੇ ਘੁਰਤਾ ਇਹਨੂੰ ਹੀ ਅੱਜ ਘੁਰਤਾ ਨਹੀਂ ਪਤਾ ਇਹ ਮਤਲਬ ਫੀਡ ਨਾ ਖਾਵੇ ਜੀ ਜੇ ਮੜਾ ਜੀ ਵੀ ਥੱਪੜ ਚੱਕ ਲਿਆ ਕਹੇ ਤਾਂ ਥੱਲੇ ਸੜ ਦੋ ਪਿੰਜਰੇ ਜੇ ਕਹੇ ਤਾਂ ਪਿੰਜਰੇ ਵਰਜੂ ਨਾਲ ਦੀ ਨਾਲ ਅੱਛਾ ਇਹ ਤੁਹਾਨੂੰ ਇਹ ਚੀਜ਼ ਫੀਲ ਕਰਾਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਨਾਰਾਜ਼ ਆ ਹਾਂ ਜੀ ਹਾਂ ਬਾਦੂ ਕਿਵੇਂ ਜੇ ਆਪਾਂ ਮੱਲ ਇਹਨਾਂ ਨੂੰ ਘੁਰ ਕੇ ਬੈਠ ਜਾਣਗੇ ਜੇ ਇੱਥੋਂ ਮੈਂ ਘੁਰ ਤਾਂ ਇਹਨੂੰ ਜਾ ਕੇ ਉੱਥੇ ਬਹਿਜੋ ਇਹਨੇ ਹਿੱਲਣਾ ਨਹੀਂ ਉਦੋਂ ਚਾਹੇ ਕੁਝ ਕਹੀ ਚੱਲ ਠੀਕ ਐ ਫਿਰ ਬਸਾਂ ਹੌਲੀ ਹੌਲੀ ਲਵੇ ਲੱਗਦਾ ਜੀ ਕਿੰਨੇ ਦਿਨ ਲੱਗ ਜਾਂਦੇ ਨੇ ਫਿਰ ਇਹਨੂੰ ਲੱਗਦਾ ਵੀ ਮਨ ਲਾ ਇੱਕ ਦਿਨ ਤਾਂ ਕੰਪਲੀਟ ਹੀ ਲੱਗ ਜਾਂਦਾ ਵੀ ਆ ਹੌਲੀ ਹੌਲੀ ਫੇਰ ਕਿਤੇ ਲਾੜ ਲੂੜ ਦੋ ਤਿੰਨ ਵਾਰੀ ਆਈਦਾ ਵੀ ਕਰੀਰ ਫ ਇਸ ਕੰਮ ਦੇ ਵਿੱਚ ਧੋਖਾਧੜੀ ਕਿੰਨੀ ਕਾਗੀ ਖਰੀਦ ਵੇਚ ਦੀ ਆਪਣੇ ਡੌਗ ਦੇ ਵਿੱਚ ਧੋਖਾਧੜੀ ਬਾਧੂ ਆ ਜੀ ਕਿਵੇਂ ਧੋਖਾਧੜੀ ਆਇਆ ਜੀ ਹੁਣ ਆਪਣੇ ਲੱਗ ਤਾਂ ਆਪਣਾ ਡੌਗ ਆ ਸਟੱਡ ਆਈ ਫੀਮੇਲ ਆਪਣੀਆਂ ਨੇ ਆਪਾਂ ਜੋ ਬੱਚਾ ਵੇਚਦੇ ਆ ਆਪਾਂ ਦਿਖਾ ਕੇ ਵੇਚਦੇ ਆ ਵੀ ਆਹ ਸਟੱਡ ਆਪਣਾ ਇਹ ਤੋਂ ਮੀਟਿੰਗ ਕਰਾਈ ਤੀ ਵੀ ਉਹ ਫੀਮੇਲ ਬੈਠੀ ਜੀ ਠੀਕ ਐ ਵਿੱਚ ਲੋਕ ਕੀ ਕਰਦੇ ਨੇ ਬੱਚੇ ਕਲਚਰ ਦੇ ਹੁੰਦੇ ਆ ਜਿਵੇਂ ਮੇਰੇ ਲੱਗੋਂ ਲੈ ਕੇ ਚੱਕ ਕੇ ਕਲਚਰ ਦੇ ਉਹ ਜਾ ਕੇ ਕਹਿ ਕੇ ਅਗਲੇ ਨੂੰ ਵੇਚ ਦਿੰਦੇ ਆ ਟਵਾਏ ਦੇ ਨੇ ਅੱਛਾ ਬੱਚਾ ਸਾਰਾ 5-7000 ਦਾ ਕਲਚਰ ਦਾ 10 ਦਾ ਲਾ ਦੋ ਉਹ ਵੇਚਣਗੇ 20000 ਚ ਟਵਾਏਗੇ 20000 ਦਾ ਟੋਏ ਗਏ ਕੇ ਹਾਂ ਜੀ ਠੀਕ ਉਹ ਫਿਰ ਅਗਲੇ ਨੂੰ ਬਹੁਤ ਮੁਸ਼ਕਲਾ ਆਉਂਦੀ ਐ ਨਾ ਕਾ ਟਵਾਏ ਦਾ ਪਤਾ ਲੱਗਦਾ ਹੁਣ 2-3 ਮਹੀਨੇ ਦਾ ਕਤੂਰਾ ਹੋ ਜਾ ਫਿਰ ਟਵਾਏ ਦਾ ਪਤਾ ਲੱਗਦਾ ਵੀ ਕਤੂਰੇ ਦਾ ਕਿਵੇਂ ਬਣਦਾ 20 ਮਹੀਨੇ ਨਿਕਲ ਗਏ ਫਿਰ ਪਤਾ ਲੱਗਦਾ ਹਾਂ ਜੀ ਹਾਂ ਪਹਿਲਾਂ ਤਾਂ ਛੋਟਾ ਜਾਂਦਾ ਕੁੱਲ ਨੂੰ ਐ ਲੱਗਦਾ ਵੀ ਨੇਕਾ ਜਾ ਗਿੱਠਕਾ ਦਾ ਰਹਿ ਗਿਆ ਇਹ ਅੱਛਾ ਕੁੱਲ ਲੋਕਾਂ ਦੀ ਬਸ ਸੋਚ ਇੰਨੀ ਕੀ ਆ ਵੀ ਜੇ ਬਾਜਨ ਨਹੀਂ ਹੋ ਗਿੱਠਕਾ ਦਾ ਬਹੁਤ ਬਦਵਾਦ ਤਿੰਨ ਕਿਲੋ ਦਾ ਵਾਦਨ ਹੋਈ ਹਾਦੀ ਠੀਕ ਹੈ ਬਈ ਕਿੰਨਾ ਕਸਮਾ ਫਿਰ ਇਹਨਾਂ ਨੂੰ ਦਿਨੋਂਗੇ ਪੂਰੇ ਦਿਨ ਦੇ ਵਿੱਚ ਯਾਰ ਸਮਾਂ ਦਾ ਬਈ ਲੱਗ ਜਾਂਦਾ ਸਵੇਰੇ ਲੱਗ ਜਾਂਦਾ ਤਿੰਨ ਘੰਟੇ ਵਾਂਗੂ ਦਾ ਫਿਰ ਸ਼ਾਮ ਨੂੰ ਲੱਗ ਜਾਂਦਾ ਠੀਕ ਹੈ ਤਾਂ ਖਾਣਾ ਪੀਣਾ ਪਾਉਣਾ ਸਾਰਿਆਂ ਨੂੰ ੱਡੋ ੱਡੀ ਪਾਉਣਾ ਆ ਜਿਵੇਂ ਹੁਣ ਇੱਕ ਤਾਂ ਖਾਂਦੇ ਵੀ ਨਹੀਂ ਇਕੱਠੇ ਕਈ ਗੜਾ ਰਹਿੰਦੇ ਨਹੀਂ ਹੈਗੇ ਅੱਡ-ਅੱਡੀ ਸਾਰਿਆਂ ਨੂੰ ਜਿਵੇਂ ਉਹਨੂੰ ਓਨੇ ਕ ਦੀ ਲੋੜ ਆਈ ਉਹ ਓਨਾ ਕ ਲੈ ਲੈਂਦਾ ਇਹਨਾਂ ਨੂੰ ਓਨੇ ਕ ਦੀ ਐ ਸਾਰਿਆਂ ਨੂੰ ਅੱਡ-ਅੱਡੀ ਪ੍ਰੋਪਰ ਪਾਈਦਾ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪੰਜਾਬੀ ਭਰਾਵਾਂ ਨੂੰ ਅੱਜ ਆਪਾਂ ਪਿੰਡ ਹੀਰੋਂ ਦੇ ਵਿੱਚ ਖੜਿਆਂਗੇ ਮਾਨਸਾ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਸੰਗਰੂਰ ਸਨਾਮ ਬਲ ਨੂੰ ਇੱਥੇ ਆਪਾਂ ਗੱਲਬਾਤ ਕਰਦੇ ਅਗੇ ਪੀਕੇ ਕੈਨਲ ਵਾਲਿਆਂ ਦੇ ਨਾਲ ਬਾਈਆਂ ਨੇ ਬਹੁਤ ਸਾਰੇ ਨਿੱਕੇ ਨਿੱਕੇ ਖਡਾਉਣੇ ਜਿਹੇ ਕਤੂਰੇ ਆ ਜਿਹੜੇ ਰੱਖੇ ਹੋਏ ਨੇ ਕਿ ਕੀ ਗੱਲਬਾਤ ਹੈ ਕੀ ਪ੍ਰੋਗਰਾਮ ਹੈ ਬਰੀਡਿੰਗ ਤੇ ਕੰਮ ਆ ਜਾਂ ਵਪਾਰ ਦਾ ਕੰਮ ਆ ਕਿਵੇਂ ਕਮਾਈ ਹੋ ਰਹੀ ਹੈ ਕਿੰਨਾ ਕਨਾਮ ਆ ਉਹਦੀ ਬਾਰੇ ਗੱਲਬਾਤ ਕਰਦੇ ਆਪਾਂ ਬਾਈਆਂ ਦੇ ਨਾਲ ਤੇ ਵੀਡੀਓ ਬੜੀ ਘੈਂਟ ਹੋਣ ਵਾਲੀ ਹੈ ਜ਼ਬਰਦਸਤ ਹੋਣ ਵਾਲੀ ਹੈ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਕਤੂਰੇ ਵਗੈਰਾ ਖਰੀਦਣੇ ਨੇ ਸੰਪਰਕ ਵੀ ਬਣਾ ਲੈਣਾ ਚਲਦੇ ਆਂ ਬਾਈ ਦੇ ਚੈਨਲ ਦੇ ਵਿੱਚ ਗੱਲਬਾਤ ਦੇ ਲਈ ਬਾਈ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਵੀਰੇ ਤੁਹਾਡਾ ਵੀ ਸਾਡੇ ਚੈਨਲ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਸਾਡੇ ਚੈਨਲ ਤੇ ਆਏ ਹੋ ਤੇ ਬਾਈ ਜੀ ਸਾਨੂੰ ਇਸ ਬਰੀਡ ਬਾਰੇ ਜਾਣਕਾਰੀ ਦਿਓ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਿਹੜੀਆਂ-ਕਿਹੜੀਆਂ ਬਰੀਡਾਂ ਤੇ ਕੰਮ ਕਰ ਰਹੇ ਹੋ ਮੈਂ ਆਪਾਂ ਵੀਰੇ ਟਵਾਈ ਪੌਮ ਤੇ ਕੰਮ ਕਰ ਰਹੇ ਆਂ ਜ਼ਿਆਦਾ ਤੌਰ 'ਤੇ ਜੀ ਹਾਂ ਕਲਚਰ ਵਿੱਚ ਹੈਗੀਆਂ ਨੇ ਵੀ ਹੂੰ ਟਵਾਈ ਪੌਮ ਤੇ ਜ਼ਿਆਦਾ ਕੰਮ ਕਰ ਰਹੇ ਆਂ ਟਵਾਈ ਪੌਮ ਤੇ ਹਾਂ ਵੀਰੇ ਕਿੰਨੇ ਕ ਟਾਈਮ ਦਾ ਬਾਈ ਇਹ ਕੰਮ ਆ ਤੁਹਾਡਾ ਇਹ ਪ੍ਰੋਸੈਸ ਬਾਈ ਕਾਫੀ ਲੰਮਾ ਪਹਿਲਾਂ 12 ਸਾਲ ਦੀ ਏਸ ਚੀਜ਼ ਤੋਂ ਕਰਨ ਲੱਗੇ ਸੀ ਅੱਛਾ ਹਾਂ ਉਦੋਂ ਦੇ ਕਰਦੇ ਕਰਦੇ ਹੌਲੀ ਹੌਲੀ ਵਿੱਚ ਦੀ ਗੈਪ ਪੈ ਗਿਆ ਤਿੰਨ ਚਾਰ ਸਾਲਾਂ ਦਾ ਤਿੰਨ ਚਾਰ ਸਾਲ ਦਾ ਹਾਂ ਦੁਬਾਰੇ ਫਿਰ ਸੌਂਕ ਦੀਆਂ ਸੌਂਕ ਦਾ ਕੋਈ ਮੁੱਲ ਨਹੀਂ ਹੈਗਾ ਜਦੋਂ ਸੌਂਕ ਉੱਠਿਆ ਹੋਵੇ ਉਹ ਕਰਨ ਲੱਗੇ ਦੁਬਾਰੇ ਫਿਰ ਸਟਾਰਟਿੰਗ ਕਰ ਲਈ ਇਹ ਕੰਮ ਕਰਨ ਲਈ ਠੀਕ ਹੈ ਜੀ ਫਿਰ ਬਸ ਕਰਦੇ ਕਰਾਉਂਦੇ ਐ ਕਿ ਵਧੀਆ ਆਪਾਂ ਨੇ ਐ ਸੋਚਿਆ ਵੀ ਬਰੀਡਿੰਗ ਕਰਦੇ ਕਰਦੇ ਆਪਣੇ ਲਈ ਬੱਚੇ ਹੁੰਦੇਗੇ ਹੁੰਦੇਗੇ ਬਰੀਡਿੰਗ ਕਰੀਗੇ ਹਾਂ ਤੋਂ ਬਸ ਵਧੀਆ ਕੰਮ ਚੱਲਣ ਲੱਗ ਗਿਆ ਵੀ ਵਧੀਆ ਕੰਮ ਚੱਲ ਰਿਹਾ ਹਾਂ ਜੀ ਹਾਂ ਪੂਰਾ ਵਧੀਆ ਚੱਲ ਰਿਹਾ ਜਿਵੇਂ ਭਾਈ ਆਪਣੇ ਜ਼ਿੰਮੇਦਾਰ ਕਿਤੇ ਨਾਲ ਚਲੋ ਆਪਾਂ ਸੰਬੰਧ ਰੱਖਦੇ ਆ ਨਾ ਹਾਂ ਹਾਂ ਵੀਰੇ ਠੀਕ ਆਪਾਂ ਨੂੰ ਕਿਸੇ ਨੇ ਰੋਕਿਆ ਟੋਕਿਆ ਤਾਂ ਨਹੀਂ ਵੀ ਜਰਾ ਇਹ ਕਿਹੜਾ ਕੰਮ ਆਗਾ ਵੀ ਆਪਾਂ ਤਾਂ ਖੇਤੀ ਜਾਂ ਮੱਝਾਂ ਰੱਖ ਲਈਏ ਨਹੀਂ ਰੋਕ ਟੋਕ ਤਾਂ ਹੁਣ ਦੇਖੋ ਆਂਡੀ ਗਾਂਡੀ ਜਾਂ ਕੋਈ ਹੋਰ ਲਾ ਲਓ ਸਾਰੇ ਕਹਿੰਦੇ ਨੇ ਕੋਈ ਕਹਿੰਦਾ ਕੁੱਤਾ ਕੰਮ ਆ ਕੋਈ ਪਤੀੜ ਰੱਖ ਲਿਆ ਇਹ ਰੱਖ ਲਿਆ ਪਰ ਸਾਨੂੰ ਇਹਨਾਂ ਦਾ ਪਤਾ ਆਪਣੇ ਬਾਰੇ ਵੀ ਕੀ ਚੀਜ਼ ਆ ਕੀ ਨਾ ਠੀਕ ਹੈ ਜਿਹਨੂੰ ਕੋਈ ਚੀਜ਼ ਬਾਰੇ ਪਤਾ ਹੀ ਨਹੀਂ ਉਹ ਕਰੋ ਵੀ ਕੀ ਹੂੰ ਇਹੀ ਚੀਜ਼ ਕਹਿ ਸਕਦੇ ਨੇ ਬਸ ਬਾਰੇ ਉਹ ਐ ਕਰੀ ਜਾਂਦਾ ਕੁੱਤੇ ਰੱਖ ਲਏ ਉਹਨਾਂ ਨੇ ਐ ਥਾਂ ਲੈ ਕੇ ਕੁੱਤੇ ਪਾਲਦੇ ਨੇ ਇਹ ਕਰਦੇ ਨੇ ਬਸ ਇਹ ਗੱਲੀ ਨੇ ਲੋਕਾਂ ਨਾਲ ਤੇ ਇਹਦੇ ਬਾਰੇ ਐ ਦੱਸੋ ਬਾਈ ਜਿਵੇਂ ਇਹਨਾਂ ਦੇ ਆਪਾਂ ਦੇਖ ਰਹੇ ਹਾਂ ਨਾ ਹਣਾ ਬਾਲ ਬਹੁਤ ਲੰਮੇ ਜ਼ਿਆਦਾ ਹਾਂ ਬਈ ਤੇ ਇਹਦੀ ਬਰੀਡ ਬਾਰੇ ਪਹਿਲਾਂ ਸਾਨੂੰ ਟਵਾਈ ਪੌਮ ਦੀ ਜਿਹੜੀ ਬਰੀਡ ਆ ਇਹਦੀ ਖਾਸੀਅਤਾਂ ਦੱਸੋ ਕੀ ਖਾਸੀਅਤਾਂ ਨੇ ਦੇ ਵਿੱਚ ਖਾਸੀਅਤ ਤਾਂ ਇਹੀ ਆ ਵੀ ਜਿਵੇਂ ਹੁਣ ਟਵਾਈ ਪੌਮ ਦਾ ਹਾਈਟ ਨਹੀਂ ਜ਼ਿਆਦਾ ਹੈਗੀ ਇਹਦੀ ਹਮ ਹਾਈਟ ਨਹੀਂ ਦੂਜੀ ਹੇਅਰ ਦੀ ਹਮ ਬਾਲਾਂ ਦੀ ਬਹੁਤ ਗਰੋਥ ਆ ਇਹਨਾਂ ਦੀ ਜੀ ਬਾਕੀ ਇਹਦਾ ਮੂੰਹ ਆ ਨਾ ਜਿਹੜਾ ਮੂੰਹ ਜਿੰਨੀ ਛੋਟਾ ਜਾ ਜੀ ਵੀ ਮਾਲਾ ਜੇ ਤਾਂ ਮੂੰਹ ਲੰਮਾ ਹੋਵੇ ਤਾਂ ਅਗਲਾ ਵਿੱਚ ਉਹਨੂੰ ਵੀ ਟਵਾਏ ਕਹੀ ਜਾਂਦੇ ਨੇ ਅੱਛਾ ਨਹੀਂ ਇਹ ਟਾਇਪ ਹੋਮ ਕਹਿੰਦੇ ਹੋ ਇਹਨਾਂ ਤੁਸੀਂ ਨੂੰ ਹਾਂਜੀ ਹਾਂਜੀ ਠੀਕ ਐ ਇਹ ਤੇ ਇੱਕ ਗ੍ਰੇਡ ਆਊਗਾ ਫਿਰ ਆਪਣੇ ਕੋਲੇ ਕਿੰਨੀ ਕੇਜ ਦਾਗਾ ਇਹ 1.5 ਸਾਲ ਦੇ ਲਗਭਗ ਡਾਗਾ ਹੂੰ ਮੀਟਿੰਗ ਕਰਦਾ ਹੂੰ ਸਟੱਡ ਆਈ ਪ੍ਰੈਜ਼ੈਂਟ ਵਧੀਆ ਆਪਣੇ ਲਈ ਪ੍ਰੈਜ਼ੈਂਟ ਆਇਆ ਹੋਇਆ ਇਹਦਾ ਇੱਕ ਕੁੱਤੇ ਦਾ ਠੀਕ ਐ ਹਾਂ ਬੱਚੇ ਪੂਰੇ ਵਧੀਆ ਪਾਉਂਦਾ ਜੀ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਫਿਰ ਇਹ ਇੰਨੇ ਸਾਲਾਂ ਦੇ ਵਿੱਚ ਤੁਹਾਡਾ ਇਸ ਕੰਮ ਦੇ ਵਿੱਚ ਤੇ ਵਧੀਆ ਹੀ ਤਜਰਬਾ ਉਹ ਤਾਂ ਚੱਲਦੀ ਰਹਿੰਦੀਆਂ ਨੇ ਘਟੀਆਂ ਵਧੀਆ ਉਹ ਤਾਂ ਜੋ ਵੀ ਹੋਇਆ ਮੇਰਾ ਕਹਿਣ ਦਾ ਭਾਵ ਵੀ ਦਿੱਕਤਾਂ ਕਿੰਨੀਆਂ ਕਾਇਆਂ ਨੇ ਦਿੱਕਤਾਂ ਬਹੁਤ ਆਈਆਂ ਜੀ ਪਹਿਲਾਂ ਪਹਿਲਾਂ ਐਂ ਦਿੱਕਤ ਆਈ ਗਈ ਐ ਵੈਕਸੀਨ ਨਹੀਂ ਪ੍ਰੋਪਰ ਹੁੰਦੀ ਤੇ ਵੈਕਸੀਨ ਦੇ ਕਰਕੇ ਨਾ ਜੀ ਦਿੱਕਤ ਆਈ ਜਾਂਦੀ ਆ ਥੋੜੀ-ਮੋਟੀ ਤਾਂ ਕਰਕੇ ਦਿੱਕਤ ਦੀ ਪ੍ਰੋਬਲਮ ਕਈ ਵਾਰ ਕਤੂਰੇ ਬਿਮਾਰ ਹੋ ਜਾਂਦੇ ਜਾਂ ਮਰ ਜਾਣਾ ਕੋਈ ਤਾਂ ਦਿੱਕਤ ਜ਼ਿਆਦਾ ਆ ਜਾਂਦੀ ਜੀ ਠੀਕ ਹੈ ਜੇ ਵੈਕਸੀਨ ਪ੍ਰੋਪਰ ਹੋਈ ਜਾਵੇ ਤਾਂ ਕੋਈ ਦਿੱਕਤ ਨਹੀਂ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਵੈਕਸੀਨਾਂ ਹੁੰਦੀਆਂ ਨੇ ਇਹਨਾਂ ਦੇ ਤਿੰਨ ਵੈਕਸੀਨਾਂ ਹੁੰਦੀਆਂ ਨੇ ਜੀ ਬਿਮਾਰੀਆਂ ਵਾਲੀਆਂ ਹੂੰ ਕਦੋਂ ਕਦੋਂ ਹੁੰਦੀਆਂ ਨੇਗੀਆਂ ਉਹ ਫਸਟ ਟਾਈਮ ਹੀ ਹੁੰਦੀਆਂ ਨੇ ਜੀ ਉਸ ਤੋਂ ਬਾਅਦ ਸਾਲ ਤੇ ਜਾ ਕੇ ਡਿਪੈਂਡ ਕਰਨ ਲੱਗ ਜਾਂਦੇ ਪਹਿਲਾਂ ਤਾਂ ਫਸਟ ਟਾਈਮਰ 21 ਦਿਨਾਂ ਤੋਂ ਹੋਣ ਲੱਗ ਜਾਂਦੀ ਆਇ ਤੋਂ ਹੂੰ ਫਿਰ ਬਸ 45 ਤੋਂ ਐ ਹੋ ਕੇ ਜੀ ਤਿੰਨ ਵੈਕਸੀਨਾਂ ਹੁੰਦੀਆਂ ਨੇ ਠੀਕ ਹੈ ਉਸ ਤੋਂ ਬਾਅਦ ਹੀ ਇਹ ਮੰਨ ਲਾ 6 ਮਹੀਨੇ ਬਾਅਦ ਲਵਾ ਦੇ ਕੋਈ ਉਹਦਾ ਡਰ ਨਹੀਂ ਜੀ ਹੂੰ ਜ਼ਰੂਰੀ ਆ ਉਹ ਤਾਂ ਬਿਮਾਰੀਆਂ ਵਾਲਾ ਠੀਕ ਹੈ ਫਿਰ ਸਾਲ ਤੋਂ ਕਿਉਂ ਆਪਾਂ ਦੇਖਭਾਲ ਤਾਂ ਕਰਨੀ ਜ਼ਰੂਰੀ ਆ ਉਹਦੇ ਨਾਲ ਹੀ ਚੱਲਦਾ ਸਿਸ਼ਟ ਨਹੀਂ ਮੈਨੂੰ ਇਹ ਜ਼ਰੂਰ ਦੱਸੋ ਵੀ ਤਾਂ ਤੁਹਾਡਾ ਕੁੱਤਿਆਂ ਦਾ ਵਪਾਰ ਹੈ ਜਾਂ ਫਿਰ ਇਹ ਪੱਕਾ ਵੀ ਤੁਸੀਂ ਏਮ ਲੈ ਕੇ ਚੱਲਿਓ ਵੀ ਬਰੀਡਿੰਗ ਤੇ ਕੰਮ ਕਰਨਾ ਨਹੀਂ ਬਰੀਡਿੰਗ ਤੇ ਜਿਆਦਾ ਜੀ ਵਪਾਰ ਤਾਂ ਆਪਾਂ ਕੋਈ ਐਡਾ ਵੇਚ ਲੈਣ ਵਾਲਾ ਕਰਦੇ ਨਹੀਂ ਵਿੱਚ ਬਣਾ ਲੈਂਦਾ ਅਗਲਾ ਕੈਨਲ ਕਤੂਰਿਆਂ ਹੋਰ ਦੇ ਚੱਕੇ ਵਿੱਚੀਆਂ ਦਾ ਕੁੱਤੇ ਆਪਦੇ ਦਿਖਾ ਦਿੰਦਾ ਹਾਂ ਪਤਾ ਆਪਦੀ ਕਰ ਰਹੇ ਆ ਆਪਦੀਆਂ ਫੀਮੇਲਾਂ ਨੇ ਆਪਦੀ ਸਟੱਡਾਈ ਉਹ ਤੋਂ ਤਿਆਰ ਕਰ ਰਹੇ ਆ ਬੱਚੇ ਨਹੀਂ ਫਿਰ ਇਹ ਜਿਵੇਂ ਆਪਣਾ ਫੀਮੇਲ ਪ੍ਰੈਗਨੈਂਟ ਹੁੰਦੀ ਆ ਚਲੋ ਸੂਂਦੀ ਆ ਬੱਚੇ ਵੱਡੇ ਛੋਟੇ ਹੁੰਦੇ ਹੋਣੇ ਯਾਰ ਇਹਦੇ ਤਾਂ ਹਾਈ ਬੱਚੇ ਤਾਂ ਵਾ ਛੋਟੇ ਹੁੰਦੇ ਇਹਨਾਂ ਦੇ ਵਾ ਬੱਚੇ ਦੋ ਲਾਉਂਦੀ ਆ ਵਾਲੇ ਤੋਂ ਵਾਲਾ ਹੱਦ ਦਾ ਅੱਛਾ ਹਾਂ ਜੀ ਤਾਂ ਆ ਫੀਮੇਲ ਦੋ ਇੱਕ ਦੋ ਇੱਕ ਹੀ ਬਸ ਪਾਲਣੇ ਜਿਆਦਾ ਔਖੇ ਨਹੀਂ ਲੱਗਦੇਗੇ ਨਹੀਂ ਪਾਲਣੇ ਤਾਂ ਚਲੋ ਫਿਰ ਹੁਣ ਸਾਰਾ ਦਿਨ ਰਹਿਣਾ ਵਿੱਚ ਹੀ ਪਾਲਣੇ ਦੇਖਭਾਲ ਤਾਂ ਕਰਨੀ ਪੈਂਦੀ ਹੈ ਜੀ ਹਾਂ ਜਿਵੇਂ ਸੂਂਦੀ ਆ ਹਾਂ ਉਦੋਂ ਗੌਰ ਰੱਖਣੇ ਜਿਵੇਂ ਸੂਂ ਤੇ ਹੁਣ ਦਿਨ ਯਾਦ ਰੱਖਦਾ ਵੀ 61ਵਾਂ ਦਿਨ ਸੂਣਾ ਜੀ ਉਹਨੇ ਧਿਆਨ ਰੱਖਣਾ ਵੀ ਅੱਜ 61 ਦਿਨ ਹੋ ਗਏ ਰਾਤ ਨੂੰ ਜੇ ਰਾਤ ਦਾ ਟਾਈਮ ਆ ਗਿਆ ਤਾਂ ਰਾਤ ਨੂੰ ساری ਰਾਤ ਜਾਗਦੇ ਹੀ ਨਾ ਜਾਂਦੀਆਂ ਵੀ 61 ਦਿਨ ਹੋ ਗਈ ਬਿਕੋਜ਼ ਸੂ ਕਈ ਗੱਲ ਦਿੱਕਤ ਪੈ ਜਾਂਦੀ ਆ ਆਪਰੇਟ ਵੀ ਕਰਾਉਣਾ ਪੈ ਜਾਂਦਾ ਜੇ ਫੀਮੇਲ ਨਾ ਸੂਵੇ ਅੱਛਾ ਅਸਤੇ ਨਹੀਂ ਮੁਸਕਲਾਂ ਆ। ਹਾਂ ਜੀ ਹਾਂ ਬਾਦੂ ਆਪਰੇਟ ਕਰਾਉਣ ਦੀ ਕਈ ਗੱਲ ਜਾਦੇ ਟਾਈਮ ਲੰਘ ਜੇ ਆਪਰੇਟ ਨਾ ਕੀਤਾ ਸੂਈ ਨਾ ਫੀਮੇਲ ਤਾਂ ਫਿਰ ਬੱਚੇ ਖਤਮ ਹੋ ਜਾਂਦੇ ਜਾਂਦੇ। ਤੇ ਇਹ ਬਰੀਡ ਬਾਰੇ ਇਹਨਾਂ ਦੱਸੋ ਭਾਈ ਜਿੰਮੇ ਆਪਾਂ ਦੇਖ ਰਿਆ ਨਾ ਇਹਦੇ ਬਾਵਾ ਬਾਲ ਜੇ ਆ ਨਾ ਇਹ ਗਰਮੀ ਨਹੀਂ ਮੰਨਦਾ ਹੈਗਾ। ਗਰਮੀ ਤਾਂ ਫਿਰ ਛੋਟੇ ਸਾਹਮਣੇ ਹੁਣ ਠੰਡ ਦਾ ਟਾਈਮ ਆ ਰਿਹਾ ਜੀ। ਗਰਮੀ ਮੰਨੀਆਂ ਦਾ ਹਾਲ ਤਾਂ ਇਹਨੇ ਝਾੜ ਰੱਖੇ ਜੱਤ ਗਰਮੀ ਕਰਕੇ ਹੁਣ ਇਹ ਸਾਲ ਚ ਸਾਰੀ ਕਵਰ ਹੋ ਜੂ ਜੀ। ਠੀਕ ਹੈ। ਜੇ ਮੰਨ ਕੇ ਚੱਲੀਆ ਭਾਈ ਤੁਸੀਂ ਇਹਨਾਂ ਡੌਗਾਂ ਨੂੰ ਏਸੀ ਵਿੱਚ ਰੱਖਦੇ ਹੋ ਜਾਂ ਫਿਰ ਇੱਥੇ ਰੱਖ ਦਿਓਗੇ ਗਰਮੀ ਵਿੱਚ ਦੂਜਾ ਏਸੀ ਕੂਲਰ ਹੀ ਪੱਖਾ ਛੱਡ ਦਿੰਦੇ ਆ ਹੂੰ ਪਾਣੀ ਮਾਰ ਕੇ ਠੰਡੇ ਜਿਹਾ ਥੱਲੇ ਫਰਸ਼ ਤੇ ਮੋਜ ਨਾਲ ਬੈਠ ਰਹੇ ਨੇ ਵੀ ਉਹਦੇ ਵਿੱਚ ਵੀ ਰਹਿ ਜਾਂਦੇ ਨੇ ਹਾਂ ਜੀ ਹਾਂ ਰਹਿ ਜਾਂਦੇ ਨੇ ਇਹ ਬਹਿਮਾ ਜੀ ਵੀ ਕੋਈ ਕਹਿੰਦਾ ਏਸੀ 'ਚ ਰੱਖ ਲਓ ਇਹ ਬਚਦਾ ਨਹੀਂ ਇਹ ਐ ਨਹੀਂ ਹੁੰਦਾ ਕੋਈ ਪ੍ਰੋਬਲਮ ਨਹੀਂ ਜਮਾ ਜੀ ਏਸੀ 'ਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਕਿਤੇ ਕੋਈ ਘੱਟ ਵੱਧ ਲਾਈਟ ਨਾ ਆਵੇ ਤਾਂ ਆਤ ਬਣ ਜਾਂਦੀ ਉਹ ਹੀ ਜੀ ਠੀਕ ਹੈ ਫਿਰ ਇਹ ਖਰਾਕ ਕਿੰਨੀ ਕੁ ਲੈਂਦੇ ਨੇ ਜਾਂ ਕੀ ਪਾਇਆ ਜਾਂਦਾ ਹੈਗਾ ਇਹਨਾਂ ਨੂੰ ਤੁਸੀਂ ਪਾਇਆ ਤਾਂ ਫੀਡ ਹੀ ਪਾਉਣਾ ਹੈ ਇਹਨਾਂ ਨੂੰ ਕਿਹੜੀ ਫੀਡ? ਰਾਇਲ ਕੈਨਲ ਉਹ ਵੀ ਵਰਤ ਲੈਣਾ ਜੀ। ਹਮਮ। ਸਟਾਰਟਰ ਐਂਡ ਪਾਪਾ ਵਾਲਾ ਮਦਰ ਐਂਡ ਪਾਪਾ ਵੀ ਵਰਤ ਲੈਣਾ ਜੀ। ਠੀਕ ਹੈ। ਇਹ ਫੀਡਾਂ ਦੇ ਨਾਮ ਨੇ। ਹਾਂ ਜੀ ਹਾਂ ਫੀਡਾਂ ਦੇ। ਉਹ ਬਾਕੀ ਆ ਫੀਡ ਤਾਂ ਬਹੁਤ ਨਹੀਂ ਚੁਆਇਸ ਆਪੋ ਆਪਣੀਆਂ ਜਿਹੜੀ ਜਿਵੇਂ ਜਿਹਦੀ ਚੋਇਆ ਸੌ ਮੇ ਭਰਤੀ ਜਾਂਦਾ ਠੀਕ ਹੈ ਇਹ ਖਾਂਦੇ ਕਿੰਨੀ ਕਿਨੇ ਫਿਰ ਖਾਂਦੇ ਤਾਂ ਥੋੜੀ ਨਹੀਂ ਫਿਰ ਵੀ ਇਹਦਾ ਬਸ ਮੰਨ ਲਓ ਵੀ 50 ਗ੍ਰਾਮ ਬਹੁਤ ਆ ਇਹਨਾਂ ਨੂੰ ਐ ਨਹੀਂ ਪਤਾ ਦੋ ਰੱਜ ਲੈਣਾ ਬਸ ਛੱਡ ਕੇ ਬੈਠ ਜਾਂਦੇ ਨੇ ਸਾਨੂੰ ਸਿੰਪਲ ਦਿਖਾਵਾਂਗੇ ਫੀਡ ਤੇ ਹੈ ਕਿ ਨਹੀਂ ਤੁਹਾਡੇ ਕੋਲ ਵੀ ਕਿਸ ਤਰ੍ਹਾਂ ਦੇ ਆ ਕਿੰਨੀ ਜਿਆ ਕਿਵੇਂ ਖਾਦੀ ਜਾਂਦੀ ਹੈਗੀ ਹਾਂ ਸਿੰਪਲ ਲਿਆਉਣਾ ਜੀ ਅੱਜ ਤੁਹਾਨੂੰ ਦਿਖਾਉਣਗੇ ਭਾਈ ਵੀ ਉਹ ਚੀਜ਼ ਦਿਖਾਉਣੀ ਜ਼ਰੂਰੀ ਆ ਲਿਆਉਂਦੇ ਨੇ ਭਾਈ ਤੁਹਾਨੂੰ ਦਿਖਾਉਣਾਂਗੇ ਵੀ ਕਹਿੰਦੇ ਤਾਂ ਭਾ ਬਰੀਡ ਆਪਾਂ ਨੂੰ ਇਹ ਨਿੱਕੇ ਨਿੱਕੇ ਬੱਚੇ ਬੜੇ ਸੋਹਣੇ ਲੱਗੇ ਤੇ ਕਿਸ ਤਰ੍ਹਾਂ ਦੀ ਜਿਵੇਂ ਆ ਪਿਉਂਤੀ ਪਿਉਂਕੇ ਪਾਉਣੇ ਆਪਾਂ ਇਹਨਾਂ ਨੂੰ ਫੀਡ ਹਾਂ ਅੱਛਾ ਇਦਾਂ ਪਿਉਂਕੇ ਹਾਂਜੀ ਹਾਂ ਪਿਉਂਕਉ ਤਾਂ ਫਿਰ ਇਹ ਹਾਰਡ ਹੁੰਦੀਆਂ ਨੇ ਨਾ ਕਈ ਗੱਲ ਗਲਗੋਲ ਚ ਫਸ ਜਾਂਦੀਆਂ ਨੇ ਇਹਨਾਂ ਦੇ ਇਹਨਾਂ ਤੋਂ ਕਿਹੜਾ ਚੱਬੀ ਜਾਂਦੀ ਐਨੀ ਠੀਕ ਐ ਤਾਂ ਇਹ ਹੋਣਾ ਨਹੀਂ ਪਤਾ ਦੋਨੇ ਆਹ ਦੋਨੇ ਖਾ ਲੈਣ ਰੱਜ ਲੈਣਗੇ ਠੀਕ ਐ ਬਸ ਆਹੀ ਉਹ ਆਈ ਇਹਨਾਂ ਦਾ ਤੇ ਇਹ ਬਰੀਡ ਬਾਰੇ ਐ ਦੱਸੋ ਵੀ ਸਿਆਣਾ ਕਿੰਨਾ ਕਹੇ ਜਾਨਵਰ ਸਿਆਣਾ ਬਹੁਤ ਆਈ ਜਾਨਵਰ ਸਿਆਣੇ ਦੀ ਕੋਈ ਦਿੱਕਤ ਨਹੀਂ ਸਿਆਣਾ ਤਾਂ ਜੇ ਘੁਰਤਾ ਇਹਨੂੰ ਹੀ ਅੱਜ ਘੁਰਤਾ ਐ ਨਹੀਂ ਪਤਾ ਇਹ ਮਤਲਬ ਫੀਡ ਨਾ ਖਾਵੇਈ ਜੇ ਮੜਾ ਜੀ ਵੀ ਥੁੱਪੜ ਚੱਕ ਲਿਆ ਕਹੇ ਤਾਂ ਥੱਲੇ ਸੜ ਦੋ ਪਿੰਜਰੇ ਜੇ ਕਹੇ ਤਾਂ ਪਿੰਜਰੇ ਜੀ ਵਰਜੂ ਨਾਲ ਦੀ ਨਾਲ ਅੱਛਾ ਇਹ ਤੁਹਾਨੂੰ ਇਹ ਚੀਜ਼ ਫੀਲ ਕਰਾਉਂਦੇ ਨੇ ਵੀ ਅਸੀਂ ਤੁਹਾਡੇ ਨਾਲ ਨਾਰਾਜ਼ ਆ ਹਾਂ ਜੀ ਹਾਂ ਬਾਦੂ ਕਿਵੇਂ ਜੇ ਆਪਾਂ ਮੰਨ ਲੈ ਇਹਨਾਂ ਨੂੰ ਘੂਰ ਕੇ ਬੈਠ ਜਾਣਗੇ ਜੇ ਇੱਥੋਂ ਮੈਂ ਘੂਰ ਤਾਂ ਇਹਨੂੰ ਜਾ ਕੇ ਉੱਥੇ ਬਹਿਜੋ ਇਹਨੇ ਹਿੱਲਣਾ ਨਹੀਂ ਉਦੋਂ ਚਾਹੇ ਕੁਝ ਕਹੀ ਚੱਲ ਠੀਕ ਐ ਫਿਰ ਬਸਾਂ ਹੌਲੀ ਹੌਲੀ ਲਵੇ ਲੱਗਦਾ ਜੀ ਕਿੰਨੇ ਦਿਨ ਲੱਗ ਜਾਂਦੇ ਨੇ ਫਿਰ ਇਹਨੂੰ ਲਵੇ ਰੋ ਵੀ ਮੰਨ ਲੈ ਇੱਕ ਦਿਨ ਤਾਂ ਕੰਪਲੀਟ ਹੀ ਲੱਗ ਜਾਂਦਾ ਵੀ ਆ ਹੌਲੀ ਹੌਲੀ ਫੇਰ ਕਿਤੇ ਲਾੜ ਲੂੜ ਦੋ ਤਿੰਨ ਵਾਰੀ ਆਈਦਾ ਵੀ ਕਰ ਕੈਨ ਦੇ ਮੰਨਦੇ ਨੇ ਕੂਰਤੀ ਠੀਕ ਹੈ ਠੀਕ ਹੈ ਕੈਨਲ ਦੇ ਵਿੱਚ ਸਾਥ ਕੌਣ ਦੇ ਰਿਹਾ ਫਿਰ ਇੰਨੇ ਕਾਫੀ ਸਾਰੇ ਨੇ ਆਪਣੇ ਕੋਲੇ ਜਾਨਵਰ ਸਾਥ ਹੀ ਕੁਲਦੀਪ ਦੇ ਰਿਹਾ ਆਪਣਾ ਭਰਾ ਹੀ ਜੀ ਹਾਂ ਜੀ ਉਹ ਵਧੀਆ ਸਾਥ ਦੇ ਰਿਹਾ ਆਪਣਾ ਹੀ ਕੀ ਬਾਤ ਹੈ ਹਾਂ ਜੀ ਲੋ ਭਾਈ ਉਹ ਕੈਮਰੇ ਦੇ ਆਫਲਾਈਨ ਨੇ ਠੀਕ ਆ ਆਪਣੇ ਨਾਲ ਚਲੋ ਕਹਿੰਦੇ ਵੀ ਹਲੇ ਅਸੀਂ ਇਸ ਗੱਲ ਤੋਂ ਝਿਜਕਦੇ ਹਾਂ ਚਲੋ ਜਿਹੜੇ ਪ੍ਰੋਪਰ ਗੱਲਬਾਤ ਕਰ ਰਹੇ ਨੇ ਉਹਨੇ ਕੁੱਲ ਕਿੰਨੇ ਕ ਡੌਗ ਨੇ ਇਸ ਸਮੇਂ ਜਾਂ ਮੇਲ ਫੀਮੇਲ ਜਾਂ ਮੇਲ ਆਪਣੇ ਲਵੇ ਤਿੰਨ ਨੇ ਹੀ ਸਟੱਡ ਦੋ ਆ ਬੈਠੇ ਨੇ ਕੋ ਸਟੱਡ ਆਈ ਔਰ ਇੱਕ ਅੱਡੇ ਟਵਾਏ ਦੇ ਨੇ ਹਾਂ ਇਹ ਟਵਾਏ ਦੇ ਨੇ ਜੀ ਠੀਕ ਐ ਇਹ ਵੀ ਟਵਾਇਆ ਛੋਟਾ ਹਾਂ ਜੀ ਆਏ ਬਣੂ ਹਾਲੇ ਤਾਂ ਬਹੁਤ ਐਂ ਹੀ ਹੋ ਜਾਣਾ ਇਹਨੇ ਜੀ ਇਹ ਕਿੰਨੇ ਕ ਮਹੀਨਿਆਂ ਦਾ ਇਹ 9 ਮੰਥ ਦਾ ਜੀ ਇਹ ਹਾਂ ਜੀ ਹਾਂ ਲੈ ਵੀ ਇਹਦਾ ਜੱਤੂ ਜੱਤੇ ਹਾਲ ਝਾੜ ਗਏ ਥੋੜੀ ਜੀ ਹਾਂ ਇਹਦਾ ਪ੍ਰੋਪਰ ਐਵੇਂ ਹੀ ਬਣ ਜੂ ਇਹ ਜੀ ਜਦੋਂ ਐਡਾ ਹੋਣਾ ਇਹਨੇ ਮੱਲਾ ਵੀ ਹਾਈਟ ਬਹੁਤ ਛੋਟੀ ਐ ਇੰਨੀ ਕੀ ਰੱਖੂ ਇਹ ਥੋੜੀ ਘਣੀ ਹੋਰ ਕਰੂ ਬਸ ਅ ਭਾਈ ਜੀ ਇਹ ਗੱਲ ਜਰੂਰ ਦੱਸੋ ਕਿਉਂਕਿ ਮੈਨੂੰ ਤਾਂ ਇਹਦੇ ਬਾਰੇ ਜ਼ਿਆਦਾ ਨੋਲਜ ਨਹੀਂ ਕਿਉਂਕਿ ਇਹਨਾਂ ਦੇ ਪੇਪਰ ਵਗੈਰਾ ਹੁੰਦੇ ਨੇ ਹਨਾ ਹਾਂਜੀ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਕੀ ਚੀਜ਼ ਹੁੰਦੀ ਐ ਯਾਰ ਪੇਪਰ ਜਿਵੇਂ ਜੀ ਇੱਕ ਤਾਂ ਨਾਰਮਲ ਹੀ ਆਪਾਂ ਬੱਚਾ ਲੈ ਲੈਨੇ ਆ ਕਿਸੇ ਦੇ ਘਰੋਂ ਚੱਕ ਕੇ ਲੈ ਲਿਆ ਜਾ ਕੇ ਤਾਂ ਹੋਰ ਲੈ ਲਿਆ ਆਪਾਂ ਇਹ ਪੇਪਰ ਉਹਦੇ ਦੀ ਹੁੰਦੇ ਆ ਜਿਵੇਂ ਪਿੱਸੋਂ ਬਲੱਡ ਲਾਈਨ ਚੱਲ ਰਹੀ ਐ ਜੀ ਠੀਕ ਹੈ ਉਹਦੇ ਮਦਰ ਫਾਦਰ ਦੇ ਪੇਪਰ ਨੇ ਗਾਹਾਂ ਉਹਨਾਂ ਦੇ ਮਾਂ ਪਿਓ ਦੇ ਪੇਪਰ ਨੇ ਠੀਕ ਹੈ ਫਿਰ ਜਾ ਕੇ ਬੱਚੇ ਦੇ ਪੇਪਰ ਲਗਦੇਗਾ ਨਾਲ ਹੀ ਠੀਕ ਹੈ ਫਿਰ ਵੀ ਆਪਾਂ ਕਹਿ ਦਿੰਦੇ ਹਾਂ ਅਨਪੋਟਵਾ ਕੁੱਤਾ ਪੇਪਰ ਨਹੀਂ ਜੀ ਵਿਦ ਪੇਪਰ ਤਾਂ ਕਹਿ ਦਿੰਦੇ ਨੇ ਉਹਨਾਂ ਦੇ ਠੀਕ ਹੈ ਤੇ ਆਪਣੇ ਕੋਲੇ ਕਿੰਨੇ ਆ ਦੇ ਪੇਪਰ ਨੇ ਜੀ ਆਪਣੇ ਕੋਲੇ ਤਿੰਨ ਸਟੱਡਾਂ ਦੇ ਪੇਪਰ ਨੇ ਤਿੰਨਾਂ ਦੇ ਜੀ ਠੀਕ ਹੈ ਹਾਂ ਇਹ ਕਿਹੜੇ ਕਿਹੜੇ ਨੇ ਉਹਦੇ ਬੱਚੇ ਨੇ ਜਾਂ ਕਿਵੇਂ ਆ ਇਹ ਐਮ ਐਕਸ ਆ ਜਿਹੜਾ ਉੱਪਰ ਵਾਲਾ ਜੀ ਇਹ ਐਮ ਐਕਸ ਹਾਂਜੀ ਕਿੰਨੇ ਕੁ ਸ਼ੋ ਜਿੱਤਿਆ ਹੋਇਆ ਇਹ ਤਾਂ ਹੀ ਆਲ ਇੰਡੀਆ ਲਾਇਆ ਹੋਇਆ ਜੀ ਸੋ ਸਾਰੀ ਆਲ ਇੰਡੀਆ ਹਾਂਜੀ ਹਾਂ जानਦੀ ਨੇ ਇਹਨੂੰ ਤਾਂ ਕੁੱਲ ਜੀ ਮੈਕਸ ਦੇ ਨਾਂ ਤੋਂ ਲੈ ਗਏ ਕੁੱਲ ਨੂੰ ਪਤਾ ਹੀ ਇਹਦਾ ਤਾਂ ਦਿਖਾਓ ਇਹਨੂੰ ਚੰਗੀ ਤਰ੍ਹਾਂ ਇੱਧਰ ਕਰਕੇ ਆਤੀ ਨਹੀਂ ਜਦੋਂ ਆਪਾਂ ਇਹ ਇਸ ਚੀਜ਼ ਦੇਖਦੇ ਆ ਇਹਨਾਂ ਨੂੰ ਹਨਾ ਘਰੇ ਰੱਖਦੇ ਆ ਜਦੋਂ ਕੋਈ ਉਪਰਾਂ ਬੰਦਾ ਆਉਂਦਾ ਹਾਂਜੀ ਇਹ ਇਸ ਤਰ੍ਹਾਂ ਜੱਜ ਕਰਾਉਂਦੇ ਵੀ ਹਾਂ ਘਰੇ ਵੀ ਕੋਈ ਆ ਗਿਆ ਹਾਂਜੀ ਹਾਂਜੀ ਵਾਧੂ ਰਾਤ ਨੂੰ ਵਾਧੂ ਵਿੜ ਕੇ ਦਿੰਦੇ ਜੀ ਹਾਂਜੀ ਜੇ ਬਾਹਰੋਂ ਦੂਜਾ ਕੁੱਤਾ ਵੀ ਆ ਕੇ ਲੰਘੂ ਤਾਂ ਵੀ ਭੌਂਕਣਗੇ ਕਿਰਾਂ ਜੀ ਅੱਛਾ ਚਾਹੇ ਬਾਜ ਆਪਾਂ ਨੂੰ ਸੁਣਨੇ ਚਾਹੇ ਨਾ ਸੁਣੇ ਵੀ ਵਿੜਕ ਦਿੰਦੇ ਆ ਪੂਰੀ ਹੂੰ ਕੋਈ ਹੋਰ ਚਾਹ ਹੋਣੀ ਆ ਆਪਣੇ ਲਵੇ ਇਹਦਾ ਚੌਧਰੀ ਦੀ ਅੰਬਰਤ ਲਵੇ ਇਹ ਹਾਂਜੀ ਉਹਦਾ ਬੱਚਾ ਹੀ ਇਹ ਇਹ ਚੌਧਰੀ ਦਾ ਬੱਚਾ ਹਾਂਜੀ ਚੌਧਰੀ ਇਹ ਵੀ ਵਿਦ ਪੇਪਰ ਆਈ ਹੂੰ ਇਹ 9 ਮੰਥ ਦਾ ਜੀ ਲੈ ਵੀ ਦੇ ਇਹ ਵੀ ਬਸ ਮੂਰੇ 2 ਮਹੀਨੇ ਦਾ ਸਟੱਡ ਸਰਵਿਸ ਕਰਨ ਲੱਗ ਜੂ ਜੀ ਅੱਛਾ ਹਾਂਜੀ ਨਹੀਂ ਫਿਰ ਇਹਦੀ ਚਾਰਜ ਵਗੈਰਾ ਕੀ ਲੈਣਾ ਤੁਸੀਂ ਸਟੱਡ ਸਰਵਿਸ ਤੇ ਚਾਰਜ ਤਾਂ ਹੀ ਕਿਸੇ ਦੀ ਕੰਡੀਸ਼ਨ ਕਿਵੇਂ ਹੁੰਦੀ ਆ ਕਿਸੇ ਦੀ ਕਿਵੇਂ ਹੁੰਦੀ ਆ ਕੋਈ ਵੀ ਉਹ ਕਰਦਾ ਜੀ ਜਿਵੇਂ ਕੋਈ ਪੱਪ ਤੇ ਵੀ ਕਰਾ ਦਿੰਦਾ ਕੋਈ ਕਈ ਸੋਚਦੇ ਨੇ ਵੀ ਕਤੂਰਾ ਮਹਿੰਗਾ ਬਿਕਦਾ ਉਹ ਫੀਸ ਦੇ ਜਾਂਦੇ ਨੇ ਜੀ ਫੀਸ ਵੀ ਦੇ ਜਾਂਦੇ ਹਾਂਜੀ ਬਾਦੂ ਠੀਕ ਹੈ ਵੀ ਉਹ ਤੁਸੀਂ ਫੀਸ ਵੀ ਹਾਂਜੀ ਫੀਸ ਵੀ ਲੈ ਲੈਣਾ ਪੱਪ ਤੇ ਵੀ ਕਰ ਲੈਣਾ ਜਿਵੇਂ ਜਾਣ ਪਛਾਨ ਕੁਲ ਦੀ ਹੁੰਦੀ ਆਗਾ ਹਾਂ ਅੱਗੇ ਪਿਛੇ ਜੀ ਠੀਕ ਹੈ ਉਹੋ ਜਿਹਾ ਕਰਕੇ ਕੋਈ ਉਹ ਨਹੀਂ ਕਈ ਗੱਲ ਅਗਲਾ ਕਹਿੰਦਾ ਆਪਣੀ ਇਹ ਤੋਂ ਨਹੀਂ ਭਰੋਂਦੇ ਫੀਸ ਲੈਣਗੇ ਉਹ ਐ ਕਰਨਗੇ ਠੀਕ ਹੈ ਉਹ ਕੋਈ ਚੱਕਰ ਨਹੀਂ ਹੈਗਾ ਠੀਕ ਆ ਇੱਕ ਗੱਲ ਐ ਦੱਸੋਗੇ ਵੀ ਇਸ ਕੰਮ ਦੇ ਵਿੱਚ ਧੋਖਾਧੜੀ ਕਿੰਨੀ ਕਾਗੀ ਖਰੀਦ ਵੇਚ ਦੀ ਆਪਣੇ ਡੌਗ ਦੇ ਵਿੱਚ ਧੋਖਾਧੜੀ ਬਾਧੂ ਆ ਜੀ ਕਿਵੇਂ ਧੋਖਾਧੜੀ ਆਇਆ ਜੀ ਹੁਣ ਆਪਣੇ ਲੱਗ ਤਾਂ ਆਪਣਾ ਡੌਗ ਆ ਸਟੱਡ ਆਈ ਫੀਮੇਲ ਆਪਣੀਆਂ ਨੇ ਆਪਾਂ ਜੋ ਬੱਚਾ ਵੇਚਦੇ ਆ ਆਪਾਂ ਦਿਖਾ ਕੇ ਵੇਚਦੇ ਆ ਵੀ ਆਹ ਸਟੱਡ ਆਪਣਾ ਇਹ ਤੋਂ ਮੀਟਿੰਗ ਕਰਾਈ ਤੀ ਵੀ ਉਹ ਫੀਮੇਲ ਬੈਠੀ ਜੀ ਠੀਕ ਐ ਵਿੱਚ ਲੋਕ ਕੀ ਕਰਦੇ ਨੇ ਬੱਚੇ ਕਲਚਰ ਦੇ ਹੁੰਦੇ ਆ ਜਿਵੇਂ ਮੇਰੇ ਲੱਗੋਂ ਲੈ ਕੇ ਚੱਕ ਕੇ ਕਲਚਰ ਦੇ ਉਹ ਜਾ ਕੇ ਕਹੇ ਕਿ ਅਗਲੇ ਨੂੰ ਵੇਚ ਦਿੰਦੇ ਆ ਟਵਾਏ ਦੇ ਨੇ ਅੱਛਾ ਬੱਚਾ ਸਾਰਾ 5-7000 ਦਾ ਕਲਚਰ ਦਾ 10 ਦਾ ਲਾ ਦੋ ਉਹ ਵੇਚਣਗੇ 20000 ਚ ਟਵਾਏਗੇ 20000 ਦਾ ਟੋਏ ਗਏ ਕੇ ਹਾਂ ਜੀ ਠੀਕ ਉਹ ਫਿਰ ਅਗਲੇ ਨੂੰ ਬਹੁਤ ਮੁਸ਼ਕਲਾ ਆਉਂਦੀ ਐ ਨਾ ਕਾ ਟਵਾਏ ਦਾ ਪਤਾ ਲੱਗਦਾ ਹੁਣ 2-3 ਮਹੀਨੇ ਦਾ ਕਤੂਰਾ ਹੋ ਜਾ ਫਿਰ ਟਵਾਏ ਦਾ ਪਤਾ ਲੱਗਦਾ ਵੀ ਕਤੂਰੇ ਦਾ ਕਿਵੇਂ ਬਣਦਾ 20 ਮਹੀਨੇ ਨਿਕਲ ਗਏ ਫਿਰ ਪਤਾ ਲੱਗਦਾ ਹਾਂ ਜੀ ਹਾਂ ਪਹਿਲਾਂ ਤਾਂ ਛੋਟਾ ਜਾਂਦਾ ਕੁੱਲ ਨੂੰ ਐ ਲੱਗਦਾ ਵੀ ਨੇਕਾ ਜਾ ਗਿੱਠਕਾ ਦਾ ਰਹਿ ਗਿਆ ਇਹ ਅੱਛਾ ਕੁੱਲ ਲੋਕਾਂ ਦੀ ਬਸ ਸੋਚ ਇੰਨੀ ਕੀ ਆ ਵੀ ਜੇ ਬਾਜਨ ਨਹੀਂ ਹੋ ਗਿੱਠਕਾ ਬਹੁਤ ਬਦਵਾਦ ਤਿੰਨ ਕਿਲੋ ਦਾ ਵਾਦਨ ਹੋਈ ਹਾਦੀ ਠੀਕ ਹੈ ਹਾਂਜੀ ਲੈ ਵੀ ਹੋਰ ਕਿਹੜੇ ਕਿਹੜੀਆਂ ਬਰੀਡਾਂ ਪਈਆਂ ਨੇ ਇਸ ਵੇਲੇ ਆਪਣੇ ਲਵੇ ਇਹੀ ਨੇ ਜਿਆਦਾਤਰ ਆ ਜਾਓ ਇਹ ਕੱਲ ਆ ਆਪਣੇ ਲੰਦੀਆਂ ਨੇ ਟੋਡੇ ਕੋਕਰ ਫਿਰ ਫੀਮੇਲਾਂ 8-9 ਫੀਮੇਲਾਂ ਨੇ ਜੀ ਹਾਂਜੀ ਆ ਫੀਮੇਲ ਆ ਗਈ ਨਾ ਇਹ ਮੇਲਾਈ ਮੇਲਾ ਇਹ ਆਉਡੀ ਦਾ ਬੱਚਾ ਹੀ ਆਪਣੇ ਲਵੇ ਇਹ ਨੂੰ ਦਿਖਾਉਂਗੇ ਹਾਂ ਯਾ ਹਾਂ ਆਉਡੀ ਇਹ ਆਉਡੀ ਮਸ਼ਹੂਰ ਹੈ ਮਸ਼ਹੂਰ ਹੈ ਪੂਰਾ ਜੀ ਅੱਛਾ ਹਾਂ ਜੀ ਹੁਣ ਮਰੇਲ ਕੋਟ ਲੈ ਆਈ ਵੀ ਕੁੱਤਾ ਆਪਾਂ ਆਉਡੀ ਨਾ ਮੇਰੇ ਉਹਦਾ ਬੱਚਾ ਹੈ ਆ ਉੱਡੀ ਦਾ ਬੱਚਾ ਹੈ ਹਾਂਜੀ ਇਹ ਤਾਂ ਨਹੀਂ ਲਾਇਆ ਕਦੇ ਸ਼ੂਹਾਂ ਦੇ ਨਹੀਂ ਇਹ ਨਹੀਂ ਲਾਇਆ ਹੁਣ ਤਿਆਰ ਕਰਦਿਆਂ ਬਸ ਹੁਣ ਮੂਰੇ ਆਉਣਗੇ ਨਾ ਇਹ ਛਿਆਲ ਚ ਸੋ ਗੱਲ ਪੂਏ ਮੜੇ ਕੀਮਤ ਦੱਸੋਗੇ ਤੁਸੀਂ ਕਿੰਨੇ ਕਚ ਖਰੀਦਿਆ ਜਿਵੇਂ ਆਪਣਾ ਮੈਕਸੀ ਇਹ ਖਰੀਦਿਆ ਹੀ ਆਪਾਂ ਇੱਕ 60 ਜੀ 1,60,000 ਹਾਂ ਜੀ ਮੈਕਸੀ ਇਹ 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 ਆਪਾਂ 60000 ਦਾ ਖਰੀਦਿਆ ਜੀ ਇਹ 60000 ਦਾ ਹਾਂ ਜੀ ਆ ਵੀ ਖਰੀਦਿਆ ਹੋਇਆ ਹਾਂ ਇਹ ਵੀ 60 ਦਾ ਖਰੀਦਿਆ ਜੀ ਇਹਨੂੰ ਤਿਆਰ ਕਰ ਰਹੇ ਹਾਂ ਛੋਟੇ ਇਹ ਤਿਆਰ ਹੋ ਰਹੀ ਹੈ ਹੁਣ ਲੈ ਜੀ ਇਹਨੂੰ ਤਿਆਰ ਕੀਤਾ ਜਾ ਰਿਹਾ ਹੈ ਹਾਂਜੀ ਇਹਦੇ ਵੀ ਵਿਦਪੇਪਰ ਆਈ ਇਹ ਵੀ ਕੁੱਤਾ ਬਾਈ ਕਿੰਨਾ ਕੁ ਸਮਾਂ ਫਿਰ ਇਹਨਾਂ ਨੂੰ ਦਿਨੇ ਹੋਗੇ ਪੂਰੇ ਦਿਨ ਦੇ ਵਿੱਚ ਯਾਰ ਸਮਾਂ ਦਾ ਬਾਈ ਲੱਗ ਜਾਂਦਾ ਸਵੇਰੇ ਲੱਗ ਜਾਂਦਾ 3 ਘੰਟੇ ਵਾਂਗੂ ਦਾ ਫਿਰ ਸ਼ਾਮ ਨੂੰ ਲੱਗ ਜਾਂਦਾ ਠੀਕ ਹੈ ਖਾਣਾ ਪੀਣਾ ਪਾਉਣਾ ਸਾਰਿਆਂ ਨੂੰ ਅੱਡੋ-ਅੱਡੀ ਪਾਉਣਾ ਜਿਵੇਂ ਹੁਣ ਇੱਕ ਤਾਂ ਖਾਂਦੇ ਵੀ ਨਹੀਂ ਇਕੱਠੇ ਕਈ ਗੱਲ ਰਹਿੰਦੇ ਨਹੀਂ ਹੈਗੇ ਅੱਡੋ-ਅੱਡੀ ਸਾਰਿਆਂ ਨੂੰ ਜਿਵੇਂ ਉਹਨੂੰ ਓਨੇ ਕ ਦੀ ਲੋੜ ਆਈ ਉਹ ਓਨਾ ਕ ਲੈ ਲੈਂਦਾ ਇਹਨਾਂ ਨੂੰ ਓਨੇ ਕ ਦੀ ਐ ਸਾਰਿਆਂ ਨੂੰ ਅੱਡੋ-ਅੱਡੀ ਪ੍ਰੋਪਰ ਪਾਈਦਾ ਠੀਕ ਹੈ ਜੀ ਤਾਂ ਇਹ ਤਾਂ ਹੈ ਨਹੀਂ ਆਪਾਂ ਇੱਕ ਭਾਂਡੇ ਚ ਪਾਇਆ ਸਾਰਾ ਮੂਰੇ ਛਿੜਤਾ ਖਾ ਲੋ ਜੀ ਦਾ ਜੀ ਕਰਦਾ ਉਹ ਫਿਰ ਨੁਕਸਾਨ ਦਾ ਘਰੀਆ ਕੋਈ ਜਾਦੇ ਖਾ ਲੈਂਦਾ ਠੀਕ ਹੈ ਕਿਸੇ ਦੇ ਪਾਸ ਦੀ ਨਹੀਂ ਕੋਈ ਘੱਟ ਖਾਂਦਾ ਜੀ ਫਿਰ ਆ ਚੱਕਰ ਪੈ ਜਾਂਦਾ ਠੀਕ ਇਹ ਇਹ ਚੀਜ਼ ਬਾਈ ਇਹ ਤੁਹਾਡਾ ਇਹ ਬਈ ਆਪਾਂ ਆਪਣੀ ਫੀਮੇਲ ਮੇਟ ਕਰਾਈ ਤੀ ਔਡੀ ਤੋਂ ਹੂੰ ਉਹਦੀ ਬੱਚੀ ਆ ਆਪਾਂ ਇਹ ਤੋਂ ਬਰੀਡਿੰਗ ਦੇਖਦੇ ਆ ਲੈ ਕੇ ਵੀ ਗਾਂਹਾਂ ਕਿਵੇਂ ਬੱਚੇ ਕੱਢਦੀ ਆ ਤਾਂ ਫੀਮੇਲ ਰੱਖ ਲਈਤੀ ਆਪਾਂ ਨੇ ਅੱਛਾ ਹਾਂ ਜੀ ਘਰੇ ਪਾਲੀ ਤੀ ਇਹ ਫੀਮੇਲ 8 ਮਹੀਨਿਆਂ ਦੇ ਤਕਰੀਬਨ ਹੋ ਗਈ। ਹੂੰ ਫਿਰ ਫਿਰ ਕਿੰਨੇ ਕ ਸਮੇਂ 'ਚ ਮਤਲਬ ਕਿ ਤਿਆਰ ਹੋ ਜਾਂਦੀ ਹੈ ਬਾਈ ਵੀ ਆਪਾਂ ਇਹਨੂੰ ਕਰਾਸ ਕਰਾ ਸਕਦੇ ਹਾਂ। ਕਰਾਸ ਇਹ 10-11 ਮਹੀਨਿਆਂ ਦੀ ਆ ਜਾਂਦੀ ਹੈ ਬਾਈ। ਅੱਛਾ। ਹਾਂ। 10-11 ਮਹੀਨਿਆਂ ਦੀ ਫੀਮੇਲ ਹੀਟ 'ਚ ਆ ਜਾਂਦੀ ਹੈ। ਹੂੰ ਵਿੱਚ ਬਾਈ ਪਹਿਲੀ ਹੀਟ ਹੀ ਲਵਾ ਦਿੰਦੇ ਨੇ। ਹੂੰ ਜੇ ਤਾਂ ਫੀਮੇਲ ਦੀ ਗ੍ਰੋਥ ਵਧੀਆ ਫਿਰ ਤਾਂ ਲਵਾਦੇ ਨਹੀਂ ਜੇ ਇੱਕ ਹੀਟ ਮਿਸ ਕਰਾ ਦਿੰਦੇ ਨੇ। ਠੀਕ ਹੈ। ਬਾਈ ਜਿਵੇਂ ਇਹ ਪੇ ਡੌਗ ਨੇ ਤੁਸੀਂ ਫਿਰ ਮਿਕਸ ਬ੍ਰੀਡ ਤਾਂ ਨਹੀਂ ਕਰਦੇਗੇ ਨਹੀਂ ਭਈ ਉਹ ਕੰਮ ਨਹੀਂ ਕਰਦੇ ਆਪਾਂ ਵੀ ਹੁਣ ਟਵਾਇਪ ਆਮ ਨੂੰ ਕਲਚਰ ਤੇ ਚੜਾਤਾ ਨਜਾਇਜ਼ ਤੇ ਠੀਕ ਹੈ ਉਹ ੱਤਕਾ ਕਰ ਦਿੰਦਾ ਉਹ ਨਜਾਇਜ਼ ਕੰਮ ਹਾਂ ਨਜਾਇਜ਼ ਹੋ ਜਾਂਦਾ ਠੀਕ ਹੈ ਹੁਣ ਆਪਾਂ ਔਡੀ ਇਹਦੀ ਮਾਂ ਤੇ ਪਾਇਆ ਸੀ ਤਾਂ ਬੱਚੇ ਸੋਹਣੇ ਕੱਡੇ ਨੇ ਇਹਦੀ ਮਾਂ ਵੀ ਸੋਹਣੀ ਸੀ ਉਹ ਤਾਂ ਫਿਰ ਉਦਾਂ ਵੀ ਕੁਦਰਤ ਦੇ ਉਲਟ ਹੈ ਹਾਂ ਹੀ ਹਾਂ ਖਲਾਫ ਕੁਦਰਤ ਦਾ ਹਾਂ ਹੀ ਹਾਂ ਜਿਵੇਂ ਹੁਣ ਆਪ ਮੈਕਸ ਚੜਾਈ ਹੈ ਜੀ ਆਪਣੇ ਲਵੇ ਉਹ ਕਲਚਰ ਕੁੱਤੀ ਉਹ ਥੱਲੇ ਬੈਠੀ ਹੈ ਨੀਚੇ ਤਾਂ ਫਿਰ ਉਹ ੱਤਕ ਹੀ ਆ ਇੱਕ ਰਗਮ ਦਾ ਇਹ ਇੱਕ ਗੱਲ ਮੈਂ ਹੋਰ ਦੇਖੀ ਹੈ ਜਦੋਂ ਦੇ ਆਪਾਂ ਵੀਡੀਓ ਬਣਾ ਰਹੇਗੇ ਆਪਣੇ ਵਾਲੀ ਦੇ ਇਹ ਆ ਫਿਰ ਐ ਨੀਗਾ ਵੀ ਕੈਮਰੇ ਬਲ ਧਿਆਨ ਗਿਆ ਜਾਂ ਉਹ ਉਧਰ ਫਿਰ ਇੱਧਰ ਐ ਹੋ ਜਾਂਦਾ ਨਾ ਜੀ ਇੱਕ ਪਾਸਾ ਭੀਮੇ ਲੱਗ ਜਾਂਦਾ ਇਹ ਐ ਨਹੀਂ ਕਰ ਰਹੇ ਵੀ ਉਧਰ ਉੱਪਰੇ ਬੰਦੇ ਖੜੇ ਨੇ ਜਾਂ ਉਧਰ ਦੇਖ ਲਈਏ ਨਾ ਨਾ ਇੰਨਾ ਨਹੀਂ ਉਹ ਕਰਦਾ ਹੀ ਹੈ ਅੱਛਾ ਇਹਦਾ ਬਸ ਇੱਧਰ ਹੀ ਜਿੱਧਰ ਆਪਾਂ ਖੜੇ ਆ ਐ ਹੋ ਜਾਂਦਾ ਨਾ ਰੋਜ਼ ਦਾ ਪਾਉਣਾ ਕਰਦੇ ਆ ਲਵੇ ਤਾਂ ਵੀ ਇੱਧਰ ਨੂੰ ਮੂੰਹ ਕਰਨ ਲੱਗ ਜਾਂਦਾ ਠੀਕ ਆ ਇਹਦਾ ਰਿਜ਼ਲਟ ਕਿਸ ਤਰ੍ਹਾਂ ਦੇ ਨੇ ਜਿਹੜਾ ਆਪਣੇ ਰੈਂਟ ਪੂਰੇ ਵਧੀਆ ਨੇ ਜੀ ਆਪਣੀ ਫੀਮੇਲ ਤੇ ਵੀ ਆਏ ਨੇ ਹੂੰ ਇਹਨੇ ਤਿੰਨ ਬੱਚੇ ਲਾਈ ਦੀ ਹੂੰ ਪੂਰਾ ਵਧੀਆ ਕੋਈ ਵਿੱਚ ਅਗਲਾ ਕਹਿ ਦਿੰਦਾ ਮੈਂ ਬਹੁਤ ਤੋਂ ਸੁਣਿਆ ਵੀ ਟਵਾਈਪ ਆਉਂ ਫੀਮੇਲ ਬੱਚੇ ਨਹੀਂ ਦਿੰਦੀ ਇੱਕ ਬੱਚਾ ਦਿੰਦੀ ਆ ਆਪਣੇ ਲਵੇ ਦੋ ਵੀ ਦਿੱਤੇ ਨੇ ਤਿੰਨ ਵੀ ਦਿੱਤੇ ਨੇ ਟਵਾਈਪ ਆਉਂ ਅੱਛਾ ਹਾਂ ਜੀ ਹਾਂ ਭਾਈ ਇਹਨਾਂ ਤੇ ਰੱਖਣ ਤੇ ਕਾਫੀ ਖਰਚ ਕਰਦੇ ਹੋਗੇ ਖਰਚਾ ਮੁੜਦਾ ਜਾਂ ਨਹੀਂ ਫਿਰ ਜੈ ਸੌਂਕ ਦੇ ਕਬੂਤਰੀ ੜਾਉਂਦੇ ਫਿਰਦੇ ਹੋ ਇਹ ਸੌਂਕ ਵੀ ਚੱਲਿਆਂ ਦਾ ਵਿੱਚ ਵੀ ਖਰਚਾ ਵਿੱਚ ਹੀ ਮੁਰਮੜਾ ਆਉਂਦਾ ਤਾਂ ਹੀ ਚੱਲਿਆਂ ਦਾ ਕੰਮ ਫਿਰ ਇੰਨਾ ਸੋਚ ਕੇ ਵੀ ਨਾ ਚੱਲਿਆ ਜਾਂਦਾ ਹੁਣ ਪੈਸੇ ਦੇਖੋ ਛੋਟੇ ਸਾਹਮਣੇ ਲਾਏ ਨੇ ਇਹਦੇ ਉੱਤੇ ਜੇ ਆਪਾਂ ਕੱਲ ਨੂੰ ਕੋਈ ਖਰਚੇ ਨਹੀਂ ਮੋੜਿਆ ਇਹ ਆਪਣਾ ਐ ਨਹੀਂ ਹੋਇਆ ਉਹ ਫਿਰ ਸੌਂਕ ਵੀ ਨਹੀਂ ਹੈਗਾ ਕੋਈ ਠੀਕ ਹੈ ਸੌਂਕਾ ਉਹਦਾ ਮੁੱਲ ਤਾਂ ਫਿਰ ਤਾਂ ਹਰ ਜੇ ਮਰ ਜੇ ਚੱਲਣੇ ਪੈਣਗੇ ਬੰਦ ਨਾ ਤਾਂ ਇਹ ਫਿਰ ਹੁਣ ਲਿਆਂਦਾ ਨਫਾ ਨੁਕਸਾਨ ਜ਼ਿੰਦਗੀ 'ਚ ਹੁੰਦੇ ਰਹਿੰਦਾ ਠੀਕ ਹੈ ਕੋਈ ਵੀ ਇਹ ਕੰਮ ਆ ਇਹ ਤਾਂ ਗੱਲ ਹੈਗੀ ਹੁਣ ਪਹਿਲਾਂ ਦੇਖੋ ਥਾਂ ਲੇਤਾ ਉੱਤੇ ਪੈਸੇ ਲਾਏ ਇਹ ਵੀ ਸਪੈਸ਼ਲ ਲੈ ਆ ਸਪੈਸਾ ਲੱਗਦਾ ਹੀ ਇਹ ਹੈ ਅੱਛਾ ਫਿਰ ਵਸ ਆ ਬਰਾਂਡਾ ਬਰੂੰਡਾ ਪਾਇਆ ਫਿਰ ਇਹ ਕੰਮ ਕੀਤਾ ਸਪੈਸ਼ਲੀ ਇੰਨਾ ਖਤਰੀ ਲੈਤਾ ਸੀ ਠੀਕ ਹੈ ਕਿਉਂ ਉਧਰ ਘਰੇ ਥੋੜੀ ਜੀ ਦਿੱਕਤ ਆਉਂਦੀ ਦੀ ਇਧਰ ਚੋਰੀ ਹੋਣ ਦਾ ਡਰ ਨਹੀਂਗਾ ਨਹੀਂ ਇੱਥੇ ਹੁੰਨੇ ਸਪੈਸ਼ਲੀ ਰਾਤ ਨੂੰ ਹੋਰੀ ਹੁੰਨੇ ਆਂ ਜੀ ਆਪਾਂ ਇਹ ਠੀਕ ਹੈ ਹਾਂ ਜੀ ਹਾਂ ਫਿਰ ਤਾਂ ਐ ਫਿਰ ਰਾਤ ਨੂੰ ਪਤਾ ਕੀ ਕਿਸੇ ਕੁੱਤੇ ਨੂੰ ਕੋਈ ਦਿੱਕਤ ਆ ਜੇ ਜੀ ਕਈ ਵਾਰ ਕੋਈ ਬਿਮਾਰ ਦੀ ਸ਼ਿਕਾਇਤ ਦੇ ਦੇ ਹੂੰ ਫਿਰ ਉਹਦੀ ਦੇਖ ਰੇਤੇ ਉਹਦੀ ਹੋ ਜਾਂਦੀ ਹੈ ਜੀ ਠੀਕ ਹੈ ਹਾਂ ਜੀ ਤੁਸੀਂ ਕੀ ਕੀ ਫਿਰ ਰੇਟ ਦੇ ਵੇਚਦੇ ਹੋਗੇ ਆਪਣੇ ਬੱਚੇ ਕਦੋਂ ਵੇਚੇ ਜਾਂਦੇ ਨੇਗੇ ਬੱਚੇ ਆਪਾਂ 2 ਮਹੀਨੇ ਦਾ ਕਰਕੇ ਵੇਚਦੇ ਆ ਜਮਾ ਐ ਕਹਾ ਕੇ ਬੀਟ ਵਾਈਪ ਆਉਮਾ ਇਹ ਤਸੱਲੀ ਕਰਾਉਂਦੇ ਨੇ ਹਾਂ ਜੀ ਹਾਂ ਹੁਣ ਮੰਗੀ ਤਾਂ ਲੋਕ ਟਵਾਈਪ ਆਉਮ ਦਾ 7-7000 ਚ ਵੀ ਦੇਈ ਜਾਂਦੇ ਨੇ ਹੂੰ ਕੋਈ ਘੱਟ ਚ ਵੀ ਦੇ ਦਿੰਦਾ ਜੀ ਹਾਂ ਜੀ ਪਰ ਆਪਾਂ ਨਹੀਂ ਉਹ ਕੰਮ ਕਰਦੇ ਜੀ ਵੀ ਜਦੋਂ ਕੋਈ ਬੱਚੇ ਦੇ ਹਿਸਾਬ ਨਾਲ ਬੱਚਾ ਜਦੋਂ ਜੇ ਤਾਂ ਮਾੜਾ ਹੋਊ ਅਗਲਾ ਮਹੀਨੇ ਤੋਂ ਪਹਿਲੀ ਚੁਕਾ ਦਿੰਦਾ ਜੀ ਠੀਕ ਹੈ ਵੀ ਬੱਚਾ ਮਾੜਾ ਪਰੇ ਜੇ 7 ਮਿਲਦਾ 7 ਦੇ ਦੋ 8 ਮਿਲਦਾ 8 ਦੇ ਦੋ ਪਰੇ ਦੇ ਦੋ ਜੀ ਠੀਕ ਹੈ ਭਲਾ ਗੜੋ ਲਾ ਲਓ ਹਾਂ ਇਹ ਕਿਹੜਾ ਲਾ ਲਓ ਆਪਾਂ ਨਹੀਂ ਉਹ ਕੰਮ ਕਰਦੇ ਆਪਣਾ ਜਿਹੇ ਬੱਚਾ 4 ਮਹੀਨਿਆਂ ਦਾ ਬੈਠੇ 5 ਦਾ ਬੈਠੇ ਆਪਾਂ ਵੇਚਣੇ ਨਹੀਂ ਨੀ ਹੈਗਾ ਜਦੋਂ ਆਪਾਂ ਨੂੰ ਆਪਦੀ ਕੁਆਲਿਟੀ ਪਤਾ ਈ ਇਹ ਕੁਆਲਿਟੀ ਇੰਨੀ ਵਧੀਆ ਹੋਰ ਆਪਣੇ ਫਿਰ ਇਸ ਸਮੇਂ ਕੁੱਲ ਕਿਤ ਕਤੂਰੇ ਕਿੰਨੇ ਨੇਗੇ ਜਾਂ ਆਪਣੇ ਕਿੰਨੇ ਡੌਗ ਵਗੈਰਾ ਹੈਗੇ ਨੇ ਕੁੱਲ ਤਾਂ ਹੀ ਵਧੀਆ ਨੇ ਉਰੇ 15 16 ਨੇ ਬਾਕੀ ਹੋਰ ਫਰੈਂਡਸ ਰੱਖ ਲੈਂਦੇ ਨੇ ਜਿਵੇਂ 1 2 ਨੇ ਰੱਖਿਓ ਨੇ ਠੀਕ ਹੈ ਉਹਨਾਂ ਨੂੰ ਦੇ ਦਿੰਨੇ ਆ ਜੇ ਮੈਂ ਕੋਈ ਵੀ ਫੀਮੇਲ ਲੈ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਰੱਖ ਲੋ ਕਿਉਂ ਕਿਸੇ ਦਾ ਵੀ ਸੌਂਕ ਹੁੰਦਾ ਅੰਦਰੋਂ ਮੰਨਦਾ ਈ ਕਈ ਵਾਰ ਕੋਈ ਪੈਸੇ ਨਹੀਂ ਲਾ ਸਕਦਾ ਇਹ ਅਖੀਰ ਦੇ ਵਿੱਚ ਬਾਈ ਫਿਰ ਹੁਣ ਆਪਾਂ ਵੀਡੀਓ ਦਾ ਐਂਡ ਕਰਨ ਲੱਗਿਆ ਨਿਮੇੜਨ ਲੱਗਿਆ ਵੀਡੀਓ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਈ ਵਾਰ ਨਵੇਂ ਬੰਦਿਆਂ ਨੂੰ ਸ਼ੌਂਕ ਪੈ ਜਾਂਦਾ ਇਸ ਚੀਜ਼ ਦਾ ਯਾਰ ਇਹ ਨਵੇਂ ਨੂੰ ਪੈ ਜਾਂਦਾ ਬਾਈ ਸ਼ੌਂਕ ਆਪਾਂ ਉਹਦੇ ਨੂੰ ਪੂਰੀ ਮਦਦ ਕਰਾਂਗੇ ਜਾਣਕਾਰੀ ਚ ਪੂਰੀ ਹੈਲਪ ਕਰਾਂਗੇ ਉਹਦੀ ਠੀਕ ਆ ਜਿਵੇਂ ਕੋਈ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ ਆਪਾਂ ਪੂਰੀ ਜੇ ਕੋਈ ਫੋਨ ਵੀ ਕਰਦਾ ਕੰਟੈਕਟ ਕਰਕੇ ਪੁੱਛ ਸਕਦਾ ਵੀ ਕਿਵੇਂ ਕੀ ਉਹ ਕਰਨੀ ਆ ਆਪਾਂ ਦੱਸਾਂਗੇ ਪ੍ਰੋਪਰ ਕੋਈ ਉਹ ਨਹੀਂ ਬਈ ਠੀਕ ਹੈ ਹਾਂ ਬਿੰਨਾ ਬੰਦਨ ਪ੍ਰਮੋਟ ਕਰਾਂਗੇ ਹਾਂ ਪੂਰਾ ਕਰਾਂਗੇ ਬਈ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਜੀ ਤੁਸੀਂ ਨੇ ਸਾਡੇ ਲਈ ਸਮਾਂ ਕੱਢਿਆ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਚੈਨਲ ਤੇ ਆਏ ਸਵਾਗਤ ਕਰਦੇ ਆ ਸੋ ਵੀਰੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਵਧੀਆ ਲੱਗੇ ਤਾਂ ਦੱਬ ਕੇ ਸ਼ੇਅਰ ਕਰਨਾ ਧੰਨਵਾਦ